ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਐਸਕੇ ਬੈਂਸ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਖਬਰ। ਜਲੰਧਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਵੱਧਦੀ ਜਾ ਰਹੀ ਹੈ, ਜਿਸ ਤੇ ਕਾਬੂ ਪਾਉਣ ਲਈ ਟ੍ਰੈਫਿਕ ਪੁਲਿਸ ਕਈ ਤਰ੍ਹਾਂ ਦੇ ਯਤਨ ਕਰ ਰਹੀ ਹੈ, ਪਰ ਫਿਰ ਵੀ ਟ੍ਰੈਫਿਕ ਸੰਬੰਧੀ ਕਈ ਖਾਮੀਆਂ ਪਾਈਆਂ ਜਾਂਦੀਆਂ ਹਨ। ਇਸੇ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਕੁਝ ਹੋਰ ਉਪਰਾਲੇ ਕੀਤੇ ਗਏ ਹਨ। ਜਲੰਧਰ ਦੇ ਰਾਮਾ ਮੰਡੀ ਅਤੇ PAP ਨੈਸ਼ਨਲ ਹਾਈਵੇ ਤੇ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਹੈ ਅਤੇ ਇਸ ਨਾਲ ਕਈ ਸੜਕੀ ਹਾਦਸੇ ਵੀ ਵਾਪਰਦੇ ਹਨ। ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸੰਬੰਧੀ ਨਰੇਸ਼ ਡੋਗਰਾ ਨੇ ਦੱਸਿਆ ਕਿ ਇੱਥੇ ਸਪੀਡੋਮੀਟਰ ਲਗਾ ਦਿੱਤੇ ਗਏ ਹਨ ਅਤੇ ਜਿਸ ਦੀ ਲਿਮਿਟ 50 ਕਿਲੋਮੀਟਰ ਰੱਖੀ ਗਈ ਹੈ ਅਤੇ ਇਸ ਸਪੀਡ ਤੋਂ ਉੱਪਰ ਚੱਲਣ ਵਾਲੇ ਵਾਹਨਾਂ ਦਾ ਮੌਕੇ 'ਤੇ ਹੀ ਚਲਾਨ ਕੱਟਿਆ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਹੋਰ ਇਲਾਕਿਆਂ ਵਿੱਚ ਵੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈਗੀ ਸਾਨੂੰ ਅੱਗੇ ਕਾਫੀ ਸੀ PAP ਚੌਂਕ ਕਰਕੇ, ਜਿਹੜਾ ਅਸੀਂ PAP ਚੌਂਕ ਸਾਡੇ CP ਸਾਹਿਬ ਕਮਿਸ਼ਨਰ ਆਫ ਪੁਲਿਸ ਔਰ DC ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ PAP ਰਾਮਾ ਮੰਡੀ ਤੋਂ ਸ਼ਹਿਰ ਵੱਲ ਨੂੰ ਸਾਰਾ ਟ੍ਰੈਫਿਕ ਆਉਂਦਾ ਸੀ, PAP ਚੌਂਕ ਤੋਂ ਹੋ ਕੇ ਸਲਿਪ ਰੋਡ ਤੋਂ ਨਿਕਲਦਾ ਸੀ, ਉਹ ਜਿਹੜੀ ਹੁਣ ਅਸੀਂ ਸਾਰਾ ਜਿਹੜਾ ਹੈਗਾ ਰਾਮਾ ਮੰਡੀ ਤੋਂ PAP ਤੋਂ ਉੱਪਰ ਜਿਹੜਾ ਅੰਬਰਸਰ ਨੂੰ ਜਾਂ ਪਠਾਨਕੋਟ ਨੂੰ ਜਾਣਾ ਸਾਰਾ ਟ੍ਰੈਫਿਕ ਉੱਧਰ ਨਿਕਲ ਜਾਂਦਾ। ਜਿਹਨੇ ਸ਼ਹਿਰ ਵੱਲ ਨੂੰ ਆਉਣਾ ਤਾਂ ਸ਼ਹਿਰ ਦਾ ਟ੍ਰੈਫਿਕ ਬਿਲਕੁਲ ਸਮੂਥਲੀ ਆ, ਤੁਸੀਂ ਜਾ ਕੇ ਦੇਖ ਸਕਦੇ ਹੋ, ਜਦੋਂ ਮਰਜ਼ੀ ਦੇਖ ਸਕਦੇ ਹੋ, ਬਿਲਕੁਲ ਸਮੂਥਲੀ ਚੱਲਦਾ। ਤੁਸੀਂ ਲੰਘ ਕੇ ਵੀ ਆਏ ਹੋਣੇ ਆ, ਅੱਗੇ ਤਾਂ ਸਾਨੂੰ ਚਾਰ ਪੰਜ ਮਿੰਟ ਲੱਗ ਜਾਂਦੇ ਸੀਗੇ, ਪਰ ਹੁਣ ਸਕਿੰਟਾਂ ਦੇ ਵਿੱਚ ਗੱਡੀਆਂ ਆਪਣੀ ਨਿਕਲ ਕੇ ਹੋ ਜਾਂਦੀਆਂ। ਸਰ ਜਿਹੜਾ ਰਾਮਾ ਮੰਡੀ ਤੋਂ ਫਲਾਈਓਵਰ ਸ਼ੁਰੂ ਕੀਤਾ PAP ਦਾ, ਕਾਫੀ ਸਪੀਡ ਨਾਲ ਗੱਡੀਆਂ ਜਾਂਦੀਆਂ, ਉਹ ਅਸੀਂ ਸਪੀਡ ਮੀਟਰ ਅਸੀਂ ਸਾਰੇ ਲਾਏ ਹੋਏ ਹੈਗੇ ਆ, ਸਾਡੀ ਟੀਮ ਖੜ੍ਹੀ ਹੁੰਦੀ ਆ, ਜਿਹੜਾ ਵੀ ਉੱਥੇ ਲਿਮਿਟ ਸਪੀਡ 50 ਆ, 50 ਹੀ ਹੈਗੀ ਆ, ਅਸੀਂ ਜਿਹੜਾ ਵੀ ਉਹ ਤੋਂ ਉੱਪਰ ਹੁੰਦਾ ਆ ਅਸੀਂ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਚਲਾਨ ਕਰਕੇ ਉਹਨਾਂ ਨੂੰ ਕਰ ਦਈ ਉਹਨਾਂ ਦਾ। ਸਰ ਜੇ ਜੋਤੀ ਚੌਂਕ ਦੀ ਗੱਲ ਕਰੀਏ, ਉੱਥੇ ਸੰਡੇ BR ਵੀ ਲੱਗਦਾ, ਸਿਵਲ ਹੋਸਪਿਟਲ ਵੀ ਕੋਲ ਹੈ, ਜਿਹਦੇ ਕਾਰਨ ਐਂਬੂਲੈਂਸ ਨੂੰ ਕਾਫੀ ਦਿੱਕਤ ਆਉਂਦੀ। ਜਿਹੜਾ ਸਿਵਲ ਹੋਸਪਿਟਲ ਹੈਗਾ ਉਹ ਵੀ ਅਸੀਂ ਮੀਟਿੰਗ ਕੀਤੀ ਉਹਨਾਂ ਨਾਲ, ਜਿਹੜੀ ਐਂਬੂਲੈਂਸ ਵਗੈਰਾ ਆਉਂਦੀ ਆ ਉਹ ਇੱਕ ਪਿੱਛੇ ਦੀ ਗੇਟ ਹੈਗਾ ਸਿਵਲ ਹੋਸਪਿਟਲ ਦਾ, ਉੱਥੇ ਦੇਖ ਕੇ ਆਏ ਹੈਗੇ ਆ ਅਸੀਂ, ਉਹ ਵੀ ਛੇਤੀ ਤੋਂ ਛੇਤੀ ਮਸਲਾ ਹੱਲ ਕੀਤਾ ਜਾਊਗਾ ਕਿ ਪਿਛਲੇ ਪਾਸੇ ਦੀ ਐਮਰਜੈਂਸੀ ਹੋਵੇ ਤਾਂ ਐਮਰਜੈਂਸੀ ਤੋਂ ਮੂਹਰੇ ਪਿੱਛੋਂ ਗੇਟ ਤੋਂ ਗੱਡੀ ਆ ਸਕੇ ਐਂਬੂਲੈਂਸ ਵਗੈਰਾ। ਔਰ ਜਿਹੜਾ ਤੁਸੀਂ ਜੋਤੀ ਚੌਂਕ ਦਾ ਕੀਤਾ, ਜੋਤੀ ਚੌਂਕ 'ਚ ਵੀ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਸਾਰਿਆਂ ਦੇ ਨਾਲ ਉਹਨਾਂ ਦਾ ਵੀ ਅਸੀਂ ਮਸਲਾ ਜਿਹੜਾ ਹੱਲ ਕਰਾਂਗੇ, ਕਿਉਂਕਿ ਜਿਹੜਾ ਐਤਵਾਰ ਦਾ ਸੰਡੇ ਬਾਜ਼ਾਰ ਲੱਗਦਾ ਬਹੁਤ ਪੁਰਾਣਾ ਲੱਗ ਰਿਹਾ, ਬਹੁਤ ਸਾਲਾਂ ਤੋਂ ਲੱਗ ਰਿਹਾ, ਇਹਦਾ ਵੀ ਅਸੀਂ ਮਸਲਾ ਜਿਹੜਾ ਛੇਤੀ ਹੱਲ ਕਰਾਂ, ਕਿਉਂਕਿ ਅਸੀਂ ਸੰਡੇ ਨੂੰ ਸਵੇਰੇ ਮਾਰਨਿੰਗ ACP ਸੈਂਟਰ SHO ਜਿਹੜੇ ਹੈਗੇ ਆ ਉਹ ਸਾਰਾ ਬਾਜ਼ਾਰ ਜਿਹੜਾ ਐਂਟੀ ਸਬੋ ਚੈਕਿੰਗ ਨਾਲ ਹੁੰਦਾ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੰਘਣ ਦੇਈਦਾ ਬਾਜ਼ਾਰ। ਫਿਰ ਵੀ ਸਾਡੇ ਨਾਕੇ ਟ੍ਰੈਫਿਕ ਖੜ੍ਹੀ ਹੁੰਦੀ ਆ, ਫਿਰ ਵੀ ਅਸੀਂ ਕੋਈ ਵੀ ਸ਼ਹਿਰ ਵਾਲੇ ਵੀ ਸਾਡੇ ਨਾਲ ਸਹਿਯੋਗ ਦੇਣ, ਅਸੀਂ ਸ਼ਹਿਰ ਵਾਲਿਆਂ ਲਈ ਬੈਠੇ ਹਾਂ, ਸੇਵਾ ਲਈ ਉਹਨਾਂ ਦੀ, ਸਾਡੇ CP ਸਾਹਿਬ ਅਸੀਂ, ਔਰ ਅਸੀਂ ਮਸਲ ਟ੍ਰੈਫਿਕ ਦਾ ਮਸਲਾ ਜਿਹੜਾ ਹੱਲ ਕਰ ਦੇਵਾਂਗੇ। ਕੋਈ ਗੱਲ ਕੰਪਨੀ ਬਾਗ ਚੌਂਕ ਦੀ ਗੱਲ ਕੀਤੀ ਜਾਵੇ, ਉੱਥੇ ਸਕੂਲ ਵੀ ਹੈ, ਕੰਪਨੀ ਬਾਗ ਜਿਹੜਾ ਸਕੂਲ ਹੈਗੀ ਉਹਨਾਂ ਨਾਲ ਵੀ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਕਰਕੇ, ਜਿਹੜੀ ਕਾਰਪੋਰੇਸ਼ਨ ਦੇ ਕੋਲ ਜਗ੍ਹਾ ਛੋਟੀ ਜਿਹੀ ਥੋੜ੍ਹੀ ਬਚਦੀ ਆ, ਉੱਥੇ 10 ਕੁ ਟੈਂਪੂ ਖੜ੍ਹੇ ਹੋ ਸਕਦੇ ਆ, ਜਿਹੜੇ ਬੱਚੇ ਸਾਡੇ ਬੱਚੀਆਂ ਜਾਂ ਬੱਚੇ ਆਏ ਉੱਥੋਂ ਸਕੂਲ ਤੋਂ ਛੁੱਟੀ ਹੋ ਸਕਦੀ ਆ, ਨਾਲ ਹੀ ਦਾ ਬਿਲਕੁਲ ਹੈਗਾ, ਅਸੀਂ ਉਹਨਾਂ ਨੂੰ ਬੇਨਤੀ ਕਰਕੇ ਉੱਥੇ ਲਵਾ ਕੇ ਉੱਥੋਂ ਹੋ ਕੇ ਜਾ ਸਕਦੇ ਹਾਂ। ਪ੍ਰਸ਼ਾਸਨ ਦੇ ਇਹਨਾਂ ਉਪਰਾਲਿਆਂ ਦੇ ਨਾਲ ਨਾਲ ਸਾਨੂੰ ਆਮ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ TV ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।